ਜੀ, ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਕਾਫੀ ਇੰਟੈਂਸ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਚੱਲ ਰਹੀਆਂ ਨੇ, ਸੋ ਸਾਰੇ ਰੀਜਨ ਦੇ ਵਿੱਚ ਹੀ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲ ਰਹੇ ਹੈਗੇ ਨੇ। ਜਿਵੇਂ ਲੁਧਿਆਣਾ ਦੇ ਵਿੱਚ ਕੱਲ੍ਹ ਦਾ ਡੇ ਟਾਈਮ ਟੈਂਪਰੇਚਰ 43°C ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 38.9°C ਸੀ। ਸੋ ਲਗਭਗ 4.1°C ਜਿਹੜਾ ਨੋਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 26.2°C ਰਿਕਾਰਡ ਕੀਤਾ ਗਿਆ, ਇਹ ਵੀ ਨੋਰਮਲ ਤੋਂ 2 ਤੋਂ 3 ਡਿਗਰੀ ਜਿਹੜਾ ਉੱਪਰ ਚੱਲ ਰਿਹਾ ਹੈਗਾ। ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਡੇ ਔਰ ਨਾਈਟ ਟਾਈਮ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲ ਰਹੇ ਨੇ, ਔਰ ਇਹਦੇ ਕਰਕੇ ਸਪੈਸ਼ਲੀ ਜਿਹੜਾ ਡੇ ਟਾਈਮ ਟੈਂਪਰੇਚਰ 4°C ਉੱਪਰ ਚੱਲ ਰਿਹਾ, ਉਹਦੇ ਕਰਕੇ ਬੜੀਆਂ ਇੰਟੈਂਸ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਹਲੇ ਕਿਸੇ ਤਰ੍ਹਾਂ ਦੀ ਸਿਸਟਮ ਦੀ ਕੋਈ ਡਿਵੈਲਪਮੈਂਟ ਅਸੀਂ ਨਹੀਂ ਦੇਖ ਰਹੇ, ਸੋ ਜਿਹੜੇ ਆਉਣ ਵਾਲੇ 4-5 ਦਿਨ ਨੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਕਾਫੀ ਥਾਵਾਂ 'ਤੇ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ, ਔਰ ਇਹਦੇ ਵਾਸਤੇ IMD ਵੱਲੋਂ ਜਿਹੜਾ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ। ਫਿਲਹਾਲ 24 ਤਰੀਕ ਤੱਕ ਰੈੱਡ ਅਲਰਟ ਹੈ ਜੀ, ਔਰ ਹੀਟ ਵੇਵ ਕੰਡੀਸ਼ਨਸ ਇਸੇ ਤਰ੍ਹਾਂ ਹੀ ਕੰਟੀਨਿਊ ਰਹਿਣ ਦੀ ਪ੍ਰੈਡਿਕਸ਼ਨ ਹੈ। ਬਿਲਕੁਲ ਜੀ, ਆਮ ਲੋਕਾਂ ਨੂੰ ਇਹੀ ਦੱਸ ਸਕਦੇ ਹਾਂ ਕਿ ਜਿਹੜੇ ਇੰਟੈਂਸ ਹੀਟ ਆਰਸ ਹੁੰਦੇ ਨੇ, ਸਪੈਸ਼ਲੀ 11 ਤੋਂ 4 ਵਜੇ ਤੱਕ, ਉਹਦੇ ਵਿੱਚ ਉਹਨਾਂ ਨੂੰ ਜਿੰਨਾ ਹੋ ਸਕੇ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ। ਆਪਣੇ ਘਰਾਂ ਦੇ ਅੰਦਰ ਹੀ ਰਹੋ, ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਹੈ, ਔਰ ਇਹਦੇ ਤੋਂ ਬਿਨਾਂ ਲਿਕੁਇਡਸ ਵੱਧ ਤੋਂ ਵੱਧ ਲੈਂਦੇ ਰਹੋ, ਆਪਣੇ ਆਪ ਨੂੰ ਹਾਈਡਰੇਟਡ ਰੱਖੋ, ਪ੍ਰੋਪਰ ਡਾਇਟ ਲਓ। ਜਦੋਂ ਬਾਹਰ ਜਾਂਦੇ ਵੀ ਹੋ, ਆਪਣਾ ਸਿਰ ਔਰ ਬੋਡੀ ਬਿਲਕੁਲ ਕਵਰਡ ਹੋਣੀ ਚਾਹੀਦੀ ਹੈ। ਸੋ ਇਹਨਾਂ ਗੱਲਾਂ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ, ਤਾਂ ਕਿ ਜਿਹੜੀਆਂ ਹੀਟ ਸਟ੍ਰੈਸ ਕੰਡੀਸ਼ਨ ਨੇ, ਇਹਨਾਂ ਤੋਂ ਸਿਹਤ ਦਾ ਕੋਈ ਨੁਕਸਾਨ ਨਾ ਹੋ ਸਕੇ ਜੀ। ਆਉਣ ਵਾਲੇ ਦਿਨਾਂ ਵਿੱਚ ਹਲੇ ਅਸੀਂ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਦੇਖ ਰਹੇ, ਤਾਂ ਕਰਕੇ ਕੋਈ ਹਲੇ ਰਾਹਤ ਨਹੀਂ ਐਕਸਪੈਕਟ ਕਰ ਰਹੇ। ਸੋ ਇਸ ਤਰ੍ਹਾਂ ਦੀਆਂ ਹੀ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਨੇ, ਆਉਣ ਵਾਲੇ 4-5 ਦਿਨ ਨੂੰ ਬਣੇ ਰਹਿਣ ਦੀ ਪ੍ਰੈਡਿਕਸ਼ਨ। ਬਿਲਕੁਲ ਜੀ, ਫਾਰਮਰਸ ਨੂੰ ਵੀ ਇਹੀ ਸਲਾਹ ਦੇ ਸਕਦੇ ਹਾਂ ਕਿ ਕਿਉਂਕਿ ਹੀਟ ਵੇਵ ਕੰਡੀਸ਼ਨਸ ਐਕਸਪੈਕਟਡ ਨੇ, ਉਹਨਾਂ ਨੂੰ ਵੀ ਜਿਹੜੇ ਉਹਨਾਂ ਦੇ ਵਰਕਿੰਗ ਆਰਸ ਦੀ ਥੋੜ੍ਹੀ ਜਿਹੀ ਸ਼ਿਫਟਿੰਗ ਕਰ ਲੈਣੀ ਚਾਹੀਦੀ ਹੈ। ਸਵੇਰੇ 11 ਵਜੇ ਤੋਂ ਪਹਿਲਾਂ ਕਰ ਲੈਣ, ਔਰ ਫਿਰ 4 ਵਜੇ ਤੋਂ ਬਾਅਦ ਕਰ ਲੈਣ, ਔਰ ਵਿੱਚ ਵਿੱਚ ਵੀ ਉਹਨਾਂ ਨੂੰ ਛਾਂ ਦੇ ਵਿੱਚ ਥੋੜ੍ਹੀ ਥੋੜ੍ਹੀ ਦੇਰ ਬਾਅਦ ਜਿਹੜੀ ਬ੍ਰੇਕ ਲੈ ਲੈਣੀ ਚਾਹੀਦੀ ਹੈ, ਤਾਂ ਕਿ ਉਹਨਾਂ ਦੀ ਸਿਹਤ ਠੀਕ ਰਹੇ। ਜੀ, ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਕਾਫੀ ਇੰਟੈਂਸ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਚੱਲ ਰਹੀਆਂ ਨੇ, ਸੋ ਸਾਰੇ ਰੀਜਨ ਦੇ ਵਿੱਚ ਹੀ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲ ਰਹੇ ਹੈਗੇ ਨੇ। ਜਿਵੇਂ ਲੁਧਿਆਣਾ ਦੇ ਵਿੱਚ ਕੱਲ੍ਹ ਦਾ ਡੇ ਟਾਈਮ ਟੈਂਪਰੇਚਰ 43°C ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 38.9°C ਸੀ। ਸੋ ਲਗਭਗ 4.1°C ਜਿਹੜਾ ਨੋਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 26.2°C ਰਿਕਾਰਡ ਕੀਤਾ ਗਿਆ, ਇਹ ਵੀ ਨੋਰਮਲ ਤੋਂ 2 ਤੋਂ 3 ਡਿਗਰੀ ਜਿਹੜਾ ਉੱਪਰ ਚੱਲ ਰਿਹਾ ਹੈਗਾ। ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਡੇ ਔਰ ਨਾਈਟ ਟਾਈਮ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲ ਰਹੇ ਨੇ, ਔਰ ਇਹਦੇ ਕਰਕੇ ਸਪੈਸ਼ਲੀ ਜਿਹੜਾ ਡੇ ਟਾਈਮ ਟੈਂਪਰੇਚਰ 4°C ਉੱਪਰ ਚੱਲ ਰਿਹਾ, ਉਹਦੇ ਕਰਕੇ ਬੜੀਆਂ ਇੰਟੈਂਸ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਹਲੇ ਕਿਸੇ ਤਰ੍ਹਾਂ ਦੀ ਸਿਸਟਮ ਦੀ ਕੋਈ ਡਿਵੈਲਪਮੈਂਟ ਅਸੀਂ ਨਹੀਂ ਦੇਖ ਰਹੇ, ਸੋ ਜਿਹੜੇ ਆਉਣ ਵਾਲੇ 4-5 ਦਿਨ ਨੇ, ਉਹਨਾਂ ਦੇ ਵਿੱਚ ਵੀ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਕਾਫੀ ਥਾਵਾਂ 'ਤੇ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ, ਔਰ ਇਹਦੇ ਵਾਸਤੇ IMD ਵੱਲੋਂ ਜਿਹੜਾ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ। ਫਿਲਹਾਲ 24 ਤਰੀਕ ਤੱਕ ਰੈੱਡ ਅਲਰਟ ਹੈ ਜੀ, ਔਰ ਹੀਟ ਵੇਵ ਕੰਡੀਸ਼ਨਸ ਇਸੇ ਤਰ੍ਹਾਂ ਹੀ ਕੰਟੀਨਿਊ ਰਹਿਣ ਦੀ ਪ੍ਰੈਡਿਕਸ਼ਨ ਹੈ। ਬਿਲਕੁਲ ਜੀ, ਆਮ ਲੋਕਾਂ ਨੂੰ ਇਹੀ ਦੱਸ ਸਕਦੇ ਹਾਂ ਕਿ ਜਿਹੜੇ ਇੰਟੈਂਸ ਹੀਟ ਆਰਸ ਹੁੰਦੇ ਨੇ, ਸਪੈਸ਼ਲੀ 11 ਤੋਂ 4 ਵਜੇ ਤੱਕ, ਉਹਦੇ ਵਿੱਚ ਉਹਨਾਂ ਨੂੰ ਜਿੰਨਾ ਹੋ ਸਕੇ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ। ਆਪਣੇ ਘਰਾਂ ਦੇ ਅੰਦਰ ਹੀ ਰਹੋ, ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਹੈ, ਔਰ ਇਹਦੇ ਤੋਂ ਬਿਨਾਂ ਲਿਕੁਇਡਸ ਵੱਧ ਤੋਂ ਵੱਧ ਲੈਂਦੇ ਰਹੋ, ਆਪਣੇ ਆਪ ਨੂੰ ਹਾਈਡਰੇਟਡ ਰੱਖੋ, ਪ੍ਰੋਪਰ ਡਾਇਟ ਲਓ। ਜਦੋਂ ਬਾਹਰ ਜਾਂਦੇ ਵੀ ਹੋ, ਆਪਣਾ ਸਿਰ ਔਰ ਬੋਡੀ ਬਿਲਕੁਲ ਕਵਰਡ ਹੋਣੀ ਚਾਹੀਦੀ ਹੈ। ਸੋ ਇਹਨਾਂ ਗੱਲਾਂ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ, ਤਾਂ ਕਿ ਜਿਹੜੀਆਂ ਹੀਟ ਸਟ੍ਰੈਸ ਕੰਡੀਸ਼ਨ ਨੇ, ਇਹਨਾਂ ਤੋਂ ਸਿਹਤ ਦਾ ਕੋਈ ਨੁਕਸਾਨ ਨਾ ਹੋ ਸਕੇ।
ਜੀ ਆਉਣ ਵਾਲੇ ਦਿਨਾਂ ਵਿੱਚ ਹਲੇ ਅਸੀਂ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਦੇਖ ਰਹੇ, ਤਾਂ ਕਰਕੇ ਕੋਈ ਹਲੇ ਰਾਹਤ ਨਹੀਂ ਐਕਸਪੈਕਟ ਕਰ ਰਹੇ। ਸੋ ਇਸ ਤਰ੍ਹਾਂ ਦੀਆਂ ਹੀ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਨੇ ਆਉਣ ਵਾਲੇ 4-5 ਦਿਨ ਨੂੰ ਬਣੇ ਰਹਿਣ ਦੀ ਪ੍ਰੈਡਿਕਸ਼ਨ। ਮੈਮ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਦੁਪਹਿਰ ਵੇਲੇ ਝੋਨਾ ਨਾ ਲਾਉਣ, ਜੇ ਲਾਉਣਾ ਵੀ ਹੈ ਕਿਸੇ ਨੇ ਜਿੱਦਾਂ ਸਿੱਧੀ ਬਿਜਾਈ ਕਰਨੀ ਸਵੇਰ ਅਤੇ ਸ਼ਾਮ ਨੂੰ, ਉਸ ਨੂੰ ਲੈ ਕੇ ਵੀ ਕੀ? ਬਿਲਕੁਲ ਜੀ, ਫਾਰਮਰਸ ਨੂੰ ਵੀ ਇਹੀ ਸਲਾਹ ਦੇ ਸਕਦੇ ਹਾਂ ਕਿ ਕਿਉਂਕਿ ਹੀਟ ਵੇਵ ਕੰਡੀਸ਼ਨਸ ਐਕਸਪੈਕਟਡ ਨੇ, ਉਹਨਾਂ ਨੂੰ ਵੀ ਜਿਹੜੇ ਉਹਨਾਂ ਦੇ ਵਰਕਿੰਗ ਆਵਰਸ ਦੀ ਥੋੜ੍ਹੀ ਜਿਹੀ ਸ਼ਿਫਟਿੰਗ ਕਰ ਲੈਣੀ ਚਾਹੀਦੀ ਹੈ, ਸਵੇਰੇ 11 ਵਜੇ ਤੋਂ ਪਹਿਲਾਂ ਕਰ ਲੈਣ ਔਰ ਫਿਰ 4 ਵਜੇ ਤੋਂ ਬਾਅਦ ਕਰ ਲੈਣ, ਔਰ ਵਿੱਚ ਵਿੱਚ ਵੀ ਉਹਨਾਂ ਨੂੰ ਛਾਂ ਦੇ ਵਿੱਚ ਥੋੜ੍ਹੀ ਥੋੜ੍ਹੀ ਦੇਰ ਬਾਅਦ ਜਿਹੜੀ ਬ੍ਰੇਕ ਲੈ ਲੈਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਸਿਹਤ ਠੀਕ ਰਹੇ।